हैलो एवरी वन अज मैं थोड़े ना शेयर कर जा रही हूँ जी क्वेश्चन पेपर एम ए फिलोसफी का थर्ड समेस्टर का क्वेश्चन पेपर है जी पेपर नेम है जी पेपर तीन सौ छे फिलोसफी ऑफ हिस्टरी एंड कल्चर पी एच सी फिलोसफी ऑफ हिस्टरी सो ये वाला जोड़ा क्वेश्चन पेपर है जी तो कम्प्लीट इस भीडियो मिल जाएगा चाहे वह इंग्लिश लैंगुएज होी लैंगुएज हो हिंदी लैंगुएज हो ਸੋ ਕੰਪਲੀਟ ਕੁਐਸਚਨ ਪੇਪਰ ਮਿਲ ਜਾਵੇਗਾ ਜੀ ਆ ਮੇ ਫਿਲਾਸਫੀ ਦਾ 3 ਸੈਮੈਸਟਰ ਦਾ ਜੋ ਇੱਕ ਕੁਐਸਚਨ ਪੇਪਰ ਹੈ ਜੀ ਤੁਹਾਡਾ ਇਸ ਐਗਜ਼ਾਮ ਦੀ ਗੱਲ ਕਰੀਏ ਤਾਂ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਹੈ ਤੇ 3 ਆਵਰ ਹੁੰਦੇ ਆ ਜੀ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਲਿਖਿਆ ਜੀ ਅਟੈਂਪਟ 5 ਕੁਐਸਚਨਸ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫਰੋਮ ਈਚ ਯੂਨਿਟ ਟੋਟਲ ਤੁਸੀਂ 5 ਕੁਐਸਚਨ ਦੇ ਆਨਸਰ ਦੇਣੇ ਹੁੰਦੇ ਆ ਤੇ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਐਂਡ ਉਸ ਤੋਂ ਬਾਅਦ ਜਿਹੜੇ 4 ਯੂਨਿਟ ਹੁੰਦੇ ਆ ਤੇ ਹਰ ਇੱਕ ਯੂਨਿਟ ਦੇ ਵਿੱਚ 2 2 ਕੁਐਸਚਨ ਹੁੰਦੇ ਆ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਜਿਹੜਾ ਆਨਸਰ ਹੈ ਉਹ ਤੁਸੀਂ ਦੇਣਾ ਹੁੰਦਾ ਹੈ ਸੋ ਫਰਸਟ ਆਪਾਂ ਗੱਲ ਕਰਾਂ ਜੀ ਕਿ ਜੀ ਤੁਹਾਡੇ ਕੁਐਸਚਨ ਨੰਬਰ 1 ਦੀ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਫਰਸਟ ਤੁਹਾਡਾ ਜਿਹੜਾ ਇਹ ਆ ਕੁਐਸਚਨ ਹੈ ਉਹ ਤੁਹਾਡੇ ਸ਼ੋ ਹੋ ਰਹੇ ਨੇ ਸੋ ਇਹਨਾਂ ਦੇ ਜਿਹੜੇ ਆਨਸਰ ਹੈ ਉਹ ਤੁਸੀਂ 25 ਤੋਂ 30 ਵਰਡਸ ਦੇ ਵਿੱਚ ਜਿਹੜੇ ਦੇਣੇ ਹੁੰਦੇ ਆ ਟੋਟਲ ਜੇਕਰ ਮੈਂ ਗੱਲ ਕਰਾਂ ਤਾਂ ਇਹ ਹੈਗੇ ਆ ਜੀ 15 ਕੁਐਸਚਨ ਹੈ ਜੀ 15 ਕੁਐਸਚਨ ਹੈ ਤੇ ਜਿੰਦੇ ਵਿੱਚੋਂ 10 ਕੁਐਸਚਨ ਦੇ ਤੁਸੀਂ ਆਨਸਰ ਦੇਣੇ ਹੁੰਦੇ ਆ 25 ਤੋਂ 30 ਵਰਡਸ ਦੇ ਵਿੱਚ ਤੁਹਾਡਾ ਆਨਸਰ ਹੋਣਾ ਚਾਹੀਦਾ ਸੋ ਆਪਣਾ ਜਿਹੜਾ ਸਹੀ ਤਰੀਕੇ ਨਾਲ ਜਿਹੜਾ ਆਨਸਰ ਇਹਨਾਂ ਵਰਡ ਦੇ ਵਿੱਚ ਜਿਹੜਾ ਕੰਪਲੀਟ ਕਰ ਦਿਓ ਕਿਉਂਕਿ ਸਿਰਫ 2 ਮਾਰਕਸ ਤਾਂ ਇਹ ਜਿਹੜਾ ਅਨਸਰ ਹੁੰਦਾ ਜੀ ਤੁਹਾਡਾ ਜੇਕਰ ਤੁਸੀਂ ਜਿਆਦਾ ਵੱਡਾ ਕਰਕੇ ਵੀ ਲਿਖੋਗੇ ਤਾਂ ਉਹ ਵੀ ਜਿਹੜਾ ਤੁਹਾਡੇ ਲਈ ਜਿਹੜਾ ਜਿਆਦਾ ਕੋਈ ਬੈਨੀਫਿਟ ਨਹੀਂ ਦੇਣ ਵਾਲਾ ਫਿਰ 2 ਮਾਰਕਸ ਹੀ ਸਿਰਫ ਤੁਹਾਨੂੰ ਮਿਲਵਾਨੇ ਸੋ ਆਪ ਦਾ ਜਿਹੜਾ ਉਹਨਾਂ ਕੋਈ ਜਿਹੜਾ ਅਨਸਰ ਲਿਖੋ ਜਿੰਦੇ ਨਾਲ ਜਿਹੜਾ ਤੁਹਾਡਾ ਪ੍ਰਸ਼ਨ ਦੇ ਵਿੱਚ ਜੋ ਪੁੱਛਿਆ ਗਿਆ ਤੇ ਉਹ ਤੁਹਾਡਾ ਪੂਰਾ ਹੋ ਜਾਵੇ ਸੋ ਇਹਦੇ ਵਿੱਚੋਂ ਜਿਹੜੇ ਤੁਸੀਂ ਇਹ 20 ਮਾਰਕਸ ਪ੍ਰਸ਼ਨ ਨੰਬਰ 1 ਦੇ ਵਿੱਚੋਂ ਜਿਹੜੇ ਕੈਰੀ ਆ ਉਹ ਤੁਸੀਂ ਕਰ ਸਕਦੇ ਹੋ ਸਕਰੀਨ ਸ਼ਾਟ ਆ ਤੁਸੀਂ ਇਹਦਾ ਲੈ ਸਕਦੇ ਹੋ ਵੀਡੀਓ ਦਾ ਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀਆਂ ਲੱਗੀਆਂ ਨੇ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ ਸੋ ਬਹੁਤ ਸਾਰੇ ਸਟੂਡੈਂਟਸ ਦੇ ਡਿਮਾਂਡ ਕਰ ਰਹੇ ਸੀਗੇ ਕਿ ਆਮੇ ਫਿਲਾਸਫੀ ਦੇ ਜਿਹੜੇ ਕੁਐਸਚਨ ਪੇਪਰ ਹੈ ਉਹ ਪ੍ਰੋਵਾਈਡ ਕਰਵਾਏ ਜਾਣ ਸੋ ਉਹਨਾਂ ਦੇ ਕਮੈਂਟ ਦੇ ਆਧਾਰ ਤੇ ਹੀ ਏਮ ਵਾਲੀਆਂ ਜੋ ਮੈਂ ਵੀਡੀਓਜ਼ ਐ ਉਹ ਮੈਂ ਅਪਲੋਡ ਕਰ ਰਹੀ ਆ। ਸੋ ਇਹ ਕੁਐਸਚਨ ਨੰਬਰ 1 ਸੀਗਾ ਜੀ ਜੋ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੀ ਰਾਈਟ ਸ਼ੋਰਟ ਨੋਟ ਔਨ ਐਨੀ 10 ਆਫ ਦਾ ਫੋਲੋਇੰਗ ਇਨ ਅਬਾਊਟ 25 ਟੂ 30 ਵਰਡਸ ਈਚ। ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 1 ਐ ਤੇ ਯੂਨਿਟ 2 ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੀ। ਯੂਨਿਟ 1 ਦੇ ਵਿੱਚ ਵੀ 2 ਕੁਐਸਚਨ ਐ ਤੇ ਕਿਸੇ ਇੱਕ ਦਾ ਤੁਸੀਂ ਆਂਸਰ ਦੇਣਾ ਹੁੰਦਾ। ਤੇ ਯੂ ਨੀਡ ਸੈਕਿੰਡ ਦੇ ਵਿੱਚ ਵੀ ਟੂ ਕੁਐਸਚਨ ਹੈ ਤੇ ਟੂ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੁੰਦਾ 15 ਮਾਰਕਸ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੇ ਗੇਨ ਹੈ ਉਹ ਕਰ ਸਕਦੇ ਹੋ ਯੂਨਿਟ 1 ਦੇ ਵਿੱਚੋਂ ਤੇ ਯੂਨਿਟ 2 ਦੇ ਵਿੱਚੋਂ ਸੋ ਯੂਨਿਟ 1 ਤੇ ਯੂਨਿਟ 2 ਇਹਨਾਂ ਦਾ ਵੀ ਜਿਹੜਾ ਤੁਸੀਂ ਸਕਰੀਨ ਸ਼ਾਟ ਹੈ ਉਹ ਤੁਸੀਂ ਲੈ ਸਕਦੇ ਹੋ ਧਿਆਨ ਰੱਖਿਆ ਕਰੋ ਨਾਲ ਮਾਰਕਸ ਦਾ ਕਈ ਵਾਰੀ ਜਿਹੜਾ ਕੁਐਸਚਨ ਨੂੰ ਜਿਹੜਾ ਡਿਵਾਈਡ ਕਰ ਦਿੰਦੇ ਆ ਤੇ ਨਾਲ ਮਾਰਕਸ ਨੂੰ ਵੀ ਡਿਵਾਈਡ ਕਰ ਦਿੰਦੇ ਆ ਸੋ ਇਸ ਚੀਜ਼ ਦਾ ਪੂਰਾ ਜਿਹੜਾ ਧਿਆਨ ਹੈ ਉਹ ਰੱਖਿਆ ਕਰੋ ਇਹਨਾਂ ਦੇ ਵਿੱਚ ਤਾਂ ਜਿਹੜਾ 15 ਮਾਰਕਸ ਦਾ ਜਿਹੜਾ ਇੱਕ ਜਿਹੜਾ ਆਨਸਰ ਹੈ ਜੋ ਇਹਨਾਂ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਬਟ ਜੇਕਰ ਮਾਰਕਸ ਨੂੰ ਡਿਵਾਈਡ ਕਰਕੇ ਲਿਖਿਆ ਹੋਵੇ ਤਾਂ ਉਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਆ ਕਰੋ ਸੋ ਇਹ ਯੂਨਿਟ 1 ਤੇ ਯੂਨਿਟ 2 ਸਕਰੀਨਸ਼ਾਟ ਹੈ ਉਹ ਤੁਸੀਂ ਲੈ ਸਕਦੇ ਹੋ ਨੈਕਸਟ ਮੈਂ ਤੁਹਾਨੂੰ ਸ਼ੋ ਕਰਵਾ ਰਹੀਆਂ ਜੀ ਯੂਨਿਟ 3 ਤੇ ਯੂਨਿਟ 4 ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੀ ਯੂਨਿਟ 3 ਹੈ ਤੇ ਯੂਨਿਟ 4 ਹੈ ਜੀ ਇੰਨੇ ਵਿੱਚ ਵੀ 2 2 ਕੁਐਸਚਨ ਹੈ दैट ਇਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਜਿਹੜਾ ਤੁਸੀਂ ਅਨਸਰ ਆ ਉਹ ਤੁਸੀਂ ਦੇ ਸਕਦੇ ਹੋ ਤੇ 15 ਮਾਰਕਸ ਹੈ ਜੋ ਤੁਸੀਂ ਉਹ ਤੁਸੀਂ ਕੈਰੀ ਇਨ ਦੇ ਵਿੱਚੋਂ ਕਰ ਸਕਦੇ ਹੋ ਯੂਨਿਟ 3rd ਹੈ ਤੇ ਯੂਨਿਟ 4th ਹੈ ਜੀ ਸੋ ਇਸ ਤਿੱ加 ਜੀ ਤੁਹਾਡਾ ਕੰਪਲੀਟ ਇੰਗਲਿਸ਼ ਮੀਡੀਅਮ ਦੇ ਵਿੱਚ ਜੋ ਕੁਐਸਚਨ ਪੇਪਰ ਨੈਕਸਟ ਆਪਾਂ ਗੱਲ ਕਰਾਂਗੇ ਹਿੰਦੀ ਤੇ ਪੰਜਾਬੀ ਮੀਡੀਅਮ ਦੇ ਵਿੱਚ ਸੋ ਤੁਹਾਨੂੰ ਮੈਂ ਸਕਰੀਨ ਤੇ ਜਿਹੜਾ ਸ਼ੋ ਹੈ ਉਹ ਕਰਵਾਵਾਂਗੀ ਸੋ ਨੈਕਸਟ ਆਨ ਸਕਰੀਨ ਤੇ ਜੋ ਸ਼ੋ ਹੋ ਰਿਹਾ ਜੀ ਇੱਕ ਪਾਸੇ ਤੁਹਾਨੂੰ ਹਿੰਦੀ ਮੀਡੀਅਮ ਸ਼ੋ ਹੋ ਰਿਹਾ ਤੇ ਦੂਸਰੇ ਪਾਸੇ ਪੰਜਾਬੀ ਮੀਡੀਅਮ ਸ਼ੋ ਹੋ ਰਿਹਾ ਜੀ ਨੋਟ ਹੈ ਜੀ ਪ੍ਰਸ਼ਨ ਨੰਬਰ 1 ਲਾਜ਼ਮੀ ਹੈ ਅਤੇ ਹਰੇਕ ਭਾਗ 1 ਤੋਂ 4 ਵਿੱਚੋਂ ਇੱਕ-ਇੱਕ ਪ੍ਰਸ਼ਨ ਦੀ ਚੋਣ ਕਰਦੇ ਹੋਏ ਸਾਰਿਆਂ ਵਿੱਚੋਂ કુલ 5 ਪ੍ਰਸ਼ਨ ਕਰੋ ਸੋ ਪ੍ਰਸ਼ਨ ਨੰਬਰ 1 ਲਾਜ਼ਮੀ ਹੈ ਕਿਉਂਕਿ ਉਹਦੇ ਵਿੱਚ ਸ਼ਾਰਟ ਕੁਐਸਚਨ ਹੁੰਦੇ ਆ 10 ਪ੍ਰਸ਼ਨ ਤੁਸੀਂ ਕਰਨੇ ਹੁੰਦੇ ਆ 25 ਤੋਂ 30 ਸ਼ਬਦਾਂ ਦੇ ਵਿੱਚ ਆਨਸਰ ਦੇਣਾ ਹੁੰਦਾ ਤੇ ਬਾਕੀ ਜੋ ਹੈ ਉਹ ਤੁਹਾਡੇ ਜਿਹੜੇ ਲੌਂਗ ਕੁਐਸਚਨ ਹੁੰਦੇ ਆ ਸੋ ਇਹਨੂੰ ਆਪਾਂ ਰੀਡ ਕਰਾਂਗੇ ਜੀ। ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 10 ਪ੍ਰਸ਼ਨਾਂ ਹਰ ਇੱਕ ਤੇ ਸੰਖੇਪ ਨੋਟ 25 ਦੀ ਸ਼ਬਦਾਂ ਵਿੱਚ ਲਿਖੋ। ਵਿਆਖਿਆ ਸ਼ਾਸਤਰ ਦੀ ਪਰਿਭਾਸ਼ਾ ਲਿਖੋ। ਤਤ ਮਿਮਾਸਾ ਮੋੜ। ਨੈਕਸਟ ਹੈ ਜੀ ਇਤਿਹਾਸਿਕ ਕਾਰਨ ਸਬੰਧ ਕੀ ਹੈ? ਨੈਕਸਟ ਹੈ ਜੀ ਇਤਿਹਾਸ ਅਤੇ ਸਭਿਆਚਾਰ ਦਾ ਸਬੰਧ। ਨੈਕਸਟ ਹੈ ਜੀ ਸਮੂਹਿਕ ਚੇਤਨਾ। ਨੈਕਸਟ ਹੈ ਜੀ ਇਤਿਹਾਸ ਕੀ ਹੈ? ਨੈਕਸਟ ਹੈ ਜੀ ਕੀ ਬਾਹਰ ਮੁਖੀ ਇਤਿਹਾਸਿਕ ਗਿਆਨ ਜਾਂ ਅਸਲ ਇਤਿਹਾਸਿਕ ਗਿਆਨ ਵਰਗੀ ਕੋਈ ਚੀਜ਼ ਹੈ ਟਿੱਪਣੀ ਲਿਖੋ ਨੈਕਸਟ ਹੈ ਜੀ ਕੀ ਕੋਈ ਇਤਿਹਾਸਿਕ ਯੁੱਗ ਹੁੰਦੇ ਹਨ ਨੈਕਸਟ ਹੈ ਜੀ ਉਪਲਬਧ ਇਤਿਹਾਸਿਕ ਸਬੂਤਾਂ ਨੂੰ ਇਤਿਹਾਸਿਕ ਵਿਆਖਿਆਵਾਂ ਨਾਲ ਜੋੜਨ ਵਿੱਚ ਕਿਹੜੇ ਮੁੱਦੇ ਪੈਦਾ ਹੁੰਦੇ ਹਨ ਨੈਕਸਟ ਹੈ ਜੀ ਵਿਕਾਸ ਨੈਕਸਟ ਹੈ ਜੀ ਇਤਿਹਾਸਿਕ ਤੱਤ ਕੀ ਹੈ ਨੈਕਸਟ ਹੈ ਜੀ ਦਰਸ਼ਨ ਦਾ ਇਤਿਹਾਸ ਨਾਲ ਕੀ ਸਬੰਧ ਹੈ ਨੈਕਸਟ ਹੈ ਜੀ ਇਤਿਹਾਸਕ ਵਿਧੀ ਕੀ ਹੈ ਨੈਕਸਟ ਹੈ ਜੀ ਕੀ ਇਤਿਹਾਸਕ ਗਿਆਨ ਵਿਗਿਆਨਿਕ ਹੈ ਕਾਲਿਜ ਵੁੱਡ ਦੇ ਸਦਰ ਵਿੱਚ ਜਵਾਬ ਦਿਓ ਨੈਕਸਟ ਹੈ ਜੀ ਇਤਿਹਾਸਪ੍ਰਤੀ ਅਰਨੋਲਡ ਟੋਇਨਬੀ ਦੀ ਪੌਂਚ ਕੀ ਸੀ ਇਹ ਸੀਗੇ ਜੀ ਸ਼ਾਰਟ ਕੁਐਸਚਨ ਨੈਕਸਟ ਆਪਾਂ ਰੀਡ ਕਰਾਂਗੇ ਜੀ ਤੁਹਾਡੇ ਲੌਂਗ ਕੁਐਸਚਨ ਹੈ ਜੀ ਭਾਗਵਾਨ ਤੇ ਭਾਗ 2 ਹੈ ਜੀ ਸੈਕੰਡ ਹੈ ਜੀ ਇਤਿਹਾਸਕਾਰ ਇਤਿਹਾਸਕ ਵਰਤਾਰੇ ਉਤਪਾਦਨ ਦੇ ਢੰਗ ਆਰਥਿਕ ਪ੍ਰਣਾਲੀਆਂ ਇਨਕਲਾਬ ਦੰਗੀ ਜੰਗਾਂ ਵਿੱਚ ਬੰਤਰਾਂ ਸੰਸਥਾਵਾਂ ਤੇ ਪ੍ਰਕਿਰਿਆਵਾਂ ਦੀ ਪ੍ਰਕਿਰਤੀ ਬਾਰੇ ਕੀ ਤਾਰਨਾਵਾਂ ਬਣਾਉਂਦੇ ਹਨ 3ਰਡ ਨੰਬਰ ਹੈ ਜੀ ਕੀ ਇਤਿਹਾਸ ਵਿੱਚ ਸਦਾਰੀਕਰਨ ਹੁੰਦੇ ਹਨ ਕੀ ਇੱਥੇ ਸਮਾਜਿਕ ਕਾਨੂੰਨ ਹਨ ਕੀ ਇਤਿਹਾਸ ਵਿੱਚ ਵੱਡੇ ਆਵਰਤੀ ਕਾਰਖਾਨੇ ਜੋ ਬਹੁਤ ਸਾਰੀਆਂ ਵੱਖਰੀਆਂ ਸੈਟਿੰਗਾਂ ਵਿੱਚ ਇੱਕ ਮਹੱਤਵਪੂਰਨ ਵਿਆਖਿਆਤਮਕ ਭੂਮਿਕਾ ਨਿਭਾਉਂਦੇ ਹਨ ਪਾਰਟ 2 ਹੈ ਜੀ ਇਤਿਹਾਸਿਕ ਬਿਰਤਾਂਤ ਕੀ ਹੈ ਇਤਿਹਾਸਿਕ ਬਿਰਤਾਂਤ ਅਤੇ ਪੜਤਾਲ ਵਿੱਚ ਅਨਿਸ਼ਚਿਤਤਾ ਦੇ ਮਾਪ ਕੀ ਹਨ 5 ਨੰਬਰ ਹੈ ਜੀ ਇਤਿਹਾਸਿਕ ਪ੍ਰਕਿਰਿਆ ਕੀ ਹੈ ਤੁਲਨਾਤਮਕ ਇਤਿਹਾਸਿਕ ਖੋਜ ਸਾਨੂੰ ਵੱਡੀ ਇਤਿਹਾਸਿਕ ਤਬਦੀਲੀ ਬਾਰੇ ਕੀ ਦੱਸਦੀ ਹੈ ਕੀ ਦੱਸ ਸਕਦੀ ਹੈ ਸੋ ਭਾਗ ਅਤੇ ਭਾਗਵੰਤ ਭਾਗ 2 ਸੀਗੇ ਜੀ ਨੈਕਸਟ ਭਾਗ 3 ਦੇ ਭਾਗ 4 ਨੂੰ ਰੀਡ ਕਰਾਂਗੇ ਸਪੈਗੂਲਰ ਦੇ ਇਤਿਹਾਸ ਦੇ ਦਰਸ਼ਨ ਵਿੱਚ ਕਿਹੜੀ ਵਿਚਾਰ ਧਾਰਕ ਅਤੇ ਸਿਧਾਂਤਕ ਧਾਰਾ ਮੌਜੂਦ ਹੈ 7 ਨੰਬਰ ਹੈ ਜੀ ਇਤਿਹਾਸ ਦੇ ਫਲਸਫੇ ਲਈ ਆਰ ਜੀ ਕੋਲਿੰਗਵੁੱਡ ਦੇ ਯੋਗਦਾਨ ਦੀ ਵਿਆਖਿਆ ਕਰੋ ਭਾਗ 4 ਹੈ ਜੀ ਸ਼੍ਰੀ ਅਰਬਿੰਦੋ ਦੇ ਅਨੁਸਾਰ ਵਿਕਾਸ ਕੀ ਹੈ ਉਸ ਦੇ ਦਰਸ਼ਨ ਵਿੱਚ ਤੀਰ ਦੀ ਪਰਿਵਰਤਨ ਦੀ ਪ੍ਰਕਿਰਿਆ ਤੇ ਗਿਆਨਵਾਦੀ ਹੋਣ ਦੀ ਕਿਰਤੀ ਦਾ ਵਰਣਨ ਕਰੋ 9 ਨੰਬਰ ਹੈ ਜੀ ਇਤਿਹਾਸਿਕ ਸੋਚ ਦੇ ਪਸ਼ਵੀ ਮਾਡਲਾਂ ਟੈਗੋਰ ਦਾ ਇਤਿਹਾਸ ਫਲਸਫੇ ਨਾਲੋਂ ਕਿਵੇਂ ਵੱਖਰਾ ਹੈ ਵਿਸਤਾਰ ਵਿੱਚ ਚਰਚਾ ਕਰੋ ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਪਹਿਲਾਂ ਆਪਾਂ ਇੰਗਲਿਸ਼ ਦੇ ਵਿੱਚ ਕੀਤਾ ਸੀ ਤੇ ਬਾਅਦ ਵਿੱਚ ਆਪਾਂ ਹਿੰਦੀ ਤੇ ਪੰਜਾਬੀ ਮੀਡੀਅਮ ਦੇ ਵਿੱਚ ਕੀਤਾ ਸੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ ਤੇ ਜੇਕਰ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ